ਸਤਿ ਸ਼੍ਰੀ ਅਕਾਲ ਲੋਕਰਨ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਮੌਜੂਦ ਨੇ ਡਾਕਟਰ ਭੇਵਿੰਦਰ ਸਿੰਘ ਡਾਕਟਰ ਸਾਹਿਬ ਵੈਲਕਮ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਦੋਸਤੋ ਡਾਕਟਰ ਸਾਹਿਬ ਦੇ ਨਾਲ ਅਸੀਂ ਇੱਕ ਤਾਂ ਡਰੱਗ ਕੇਸ ਖਾਸ ਕਰਕੇ ਜਦੋਂ ਗੱਲ ਚੱਲਦੀ ਹੈ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਪਹਿਲਾਂ ਮੈਡੀਕਲ ਅਤੇ ਹੁਣ ਚਿੱਟੇ ਨੇ ਤਬਾਹ ਕਰਤੀ ਅਤੇ ਕਿਹੜੇ ਉਹ ਲੋਕ ਨੇ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੀ ਇਸ ਜਰਖੇਜ਼ ਭੂਮੀ ਨੂੰ ਤਬਾਹ ਕਰਨਾ ਚਾਹੁੰਦੇ ਨੇ ਇਹਦੇ 'ਤੇ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਸਵਾਲ ਖੜ੍ਹੇ ਕਰਦੀ ਸੀ। ਕੋਰਟ ਦੇ ਵਿੱਚ ਰਿਪੋਰਟਾਂ ਦਾ ਪਿਛਲੇ 2 ਕੁ ਮਹੀਨਿਆਂ ਤੋਂ ਜ਼ਿਕਰ ਹੋਇਆ ਅਤੇ ਹੁਣ ਜਿਹੜੀਆਂ 3 ਰਿਪੋਰਟਾਂ ਕੋਰਟ ਦੇ ਵਿੱਚ ਖੁੱਲ੍ਹੀਆਂ ਸੀ ਉਹ ਮਾਨ ਸਾਹਿਬ ਦੇ ਹੱਥ ਦੇ ਵਿੱਚ ਹੈ। ਕਹਿੰਦੇ ਕਿ ਜਿਹੜੇ ਬੰਦੇ ਦੋਸ਼ੀ ਪਾਏ ਗਏ ਜਿਹੜੇ ਵੱਡੇ ਮਗਰਮੱਛ ਨੇ ਸਾਰੇ 'ਤੇ ਕਾਰਵਾਈ ਹੋਊਗੀ। ਇਸੇ ਮਾਮਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਸਾਹਿਬ ਜੁੜੇ ਨੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੁਦਰਤ ਦਾ ਜਿਹੜਾ ਕਹਿਰ ਹੈ ਫਸਲਾਂ ਦੇ ਉੱਤੇ ਇੱਕ ਵਾਰ ਉਹ ਫਿਰ ਵਰਸਿਆ ਕਹਿਰ ਬਾਰਿਸ਼ ਦੇ ਰੂਪ ਦੇ ਵਿੱਚ, ਜਿਹੜਾ ਸਾਡਾ ਕਿਸਾਨ ਤਬਕਾ ਪਹਿਲਾਂ ਜਿਹੜਾ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ ਉਸ ਕਿਸਾਨੀ ਨੂੰ ਇਸ ਵੇਲੇ ਇੱਕ ਵੱਡਾ ਝਟਕਾ ਲੱਗਿਆ ਕਿ ਕਣਕ ਦੀ ਫਸਲ ਤਬਾਹ ਹੋ ਗਈ। ਪੰਜਾਬ ਸਰਕਾਰ ਕਿਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਕਿਸਾਨੀ ਨੂੰ ਰਾਹਤ ਦੇਣ ਦੇ ਲਈ, ਕੋਈ ਕੋਈ ਮੁਆਵਜ਼ਾ ਦੇਣ ਦੇ ਲਈ ਪਲਾਨਿੰਗ ਚੱਲ ਰਹੀ ਹੈ, ਪਿੰਡਾਂ ਦੇ ਵਿੱਚ ਗਰਦਾਵਰੀਆਂ ਤਾਂ ਹੋ ਰਹੀਆਂ ਨੇ, ਉਹਦੇ 'ਤੇ ਵੀ ਜਿਹੜੀ ਹੈਗੀ ਆਪਾਂ ਗੱਲਬਾਤ ਕਰਾਂਗੇ। ਪੰਜਾਬੀ ਯੂਨੀਵਰਸਿਟੀ ਦਾ ਕੀ ਬਣਿਆ, ਸਰਕਾਰ ਨੇ ਪੈਸੇ ਦਿੱਤੇ ਨਹੀਂ ਦਿੱਤੇ, ਜਾਂਦੇ ਜਾਂਦੇ ਇਸ ਮਾਮਲੇ ਨੂੰ ਪਿੱਛੋਂਗੇ, ਪਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਿਹੜੇ 3 ਰਿਪੋਰਟਾਂ ਕੋਰਟ ਦੇ ਵਿੱਚ ਖੁੱਲ੍ਹੀਆਂ ਸੀ, ਮਾਨ ਸਾਹਿਬ ਕਹਿੰਦੇ ਕਿ ਮੈਂ ਵੀ ਰਿਪੋਰਟਾਂ ਪੜ੍ਹ ਲਈਆਂ ਨੇ, ਖੁੱਲ੍ਹ ਕੇ ਮੇਰੇ ਕੋਲ ਵੀ ਆ ਗਈਆਂ ਸੀ, ਜਿਹੜੇ ਵੱਡੇ ਲੋਕ ਨੇ ਉਹਨਾਂ 'ਤੇ ਕਾਰਵਾਈ ਹੋਊਗੀ। ਫਿਲਹਾਲ ਇੰਨੀ ਕੁ ਗੱਲ ਨਿਕਲ ਕੇ ਆਈ ਹੈ, ਰਿਪੋਰਟਾਂ ਦੇ ਵਿੱਚ ਕੀ ਸੀ ਅਜੇ ਤਾਂ ਇਹ ਕੋਈ ਕੁਛ ਨਹੀਂ ਜਾਣਦਾ। ਬਿਲਕੁਲ, ਦੇਖੋ ਪੰਗੂ ਸਾਹਿਬ, ਨਸ਼ਾ ਇੱਕ ਐਸਾ ਮੁੱਦਾ ਹੈ ਪੰਜਾਬ ਦੇ ਵਿੱਚ, ਔਰ ਇਹ ਨਹੀਂ ਕਿ ਇਹ ਅੱਜ ਸ਼ੁਰੂ ਹੋਇਆ, ਪਿਛਲੇ ਲੰਬੇ ਸਮੇਂ ਤੋਂ, ਚਾਹੇ ਆਪਾਂ ਯਾਦ ਕਰੀਏ ਅਕਾਲੀ ਦਲ ਬੀਜੇਪੀ ਦੀ ਜਦੋਂ ਸਰਕਾਰ ਹੁੰਦੀ ਸੀ ਉਸ ਵੇਲੇ, ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਰਹੀ, ਫਿਰ ਚੰਨੀ ਸਾਹਿਬ ਦੀ ਸਰਕਾਰ ਰਹੀ, ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਭਗਵੰਤ ਮਾਨ ਦੀ ਅਗਵਾਈ, ਔਰ ਜਿਵੇਂ ਤੁਸੀਂ ਕਿਹਾ ਹੈ ਕਿ ਭਗਵੰਤ ਮਾਨ ਹੋਰਾਂ ਨੇ ਜਾਂ ਆਮ ਆਦਮੀ ਪਾਰਟੀ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਕੀਤਾ ਜਾਏਗਾ। ਉਹਨਾਂ ਦਾ ਮਤਲਬ ਇਹ ਸੀਗਾ ਕਿ ਜਿਹੜੇ ਵੀ ਲੋਕ ਦੋਸ਼ੀ ਨੇ, ਚਾਹੇ ਉਹ ਕਿੰਨੇ ਵੀ ਵੱਡੇ ਹੋਣ, ਆਪਾਂ ਸ਼ੁਰੂ ਤੋਂ ਗੱਲ ਇਹ ਕਰਦੇ ਹਾਂ ਕਿ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਸੀ ਪੈ ਰਿਹਾ, ਔਰ ਵੱਡੇ ਮਗਰਮੱਛ ਹਮੇਸ਼ਾ ਹੀ ਬਚਦੇ ਸੀ। ਹੁੰਦਾ ਕੀ ਸੀਗਾ ਕਿ ਜਿਹੜੇ ਵਿਚਾਰੇ ਛੋਟੇ ਹੁੰਦੇ ਸੀਗੇ, ਜਿਹੜੇ ਮਾੜਾ ਮੋਟਾ ਨਸ਼ਾ ਕਰਦੇ ਆ ਜਾਂ ਮਾੜਾ ਮੋਟਾ ਨਸ਼ਾ ਜਿਹੜਾ ਛੋਟੇ ਲੈਵਲ ਤੇ ਵੇਚਿਆ ਜਾਂਦਾ ਹੈ, ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਸੁੱਟਿਆ ਜਾਂਦਾ ਸੀਗਾ। ਪਿਛਲੇ ਲੰਬੇ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਸੀਗਾ ਜੀ। ਪਰ ਰਿਪੋਰਟਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਹੋਰੀ ਸਾਡੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਮੇਰੇ ਕੋਲ ਇਹ ਰਿਪੋਰਟਾਂ ਆ ਚੁੱਕੀਆਂ ਨੇ ਤਿੰਨੋਂ, ਔਰ ਤਿੰਨਾਂ ਦੇ ਵਿੱਚ ਜਿੰਨੇ ਵੀ ਲੋਕ ਦੋਸ਼ੀ ਉਹਨਾਂ ਨੇ ਕਿਹਾ ਕਿ ਪਾਏ ਜਾਣਗੇ ਇਹਨਾਂ ਨਸ਼ਿਆਂ ਦੇ ਮੁੱਦੇ ਦੇ ਉੱਤੇ, ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਔਰ ਜੇਕਰ ਇਹ ਹੋ ਜਾਂਦਾ, ਮੰਨ ਲਓ ਆਪਾਂ ਕਹਿੰਦੇ ਹਾਂ, ਤਾਂ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜਿਹੜਾ ਵੇਚਣ ਦਾ ਸਿਲਸਿਲਾ ਚੱਲ ਰਿਹਾ ਲੰਬੇ ਸਮੇਂ ਤੋਂ, ਉਹ ਟੁੱਟੇਗਾ ਔਰ ਉਹ ਖਤਮ ਵੀ ਹੋ ਸਕਦਾ ਹੈ। ਔਰ ਪੰਜਾਬ ਦੇ ਲੋਕ ਜਿਹੜੇ ਲਗਾਤਾਰ ਸਾਡੀ ਨੌਜਵਾਨੀ ਜਿਹੜੀ ਹੈਗੀ ਹੈ, ਕਦੇ ਇੱਕ ਕਦੇ ਦੋ ਸਾਡੇ ਬੱਚੇ ਜਿਹੜੇ ਨੇ ਉਹ ਲਗਾਤਾਰ ਓਵਰਡੋਸ ਦੇ ਨਾਲ ਮਰ ਰਹੇ ਸੀਗੇ, ਤਾਂ ਉਹਨਾਂ ਨੂੰ ਜ਼ਰੂਰ ਠੱਲ ਪੈਂਦੀ ਨਜ਼ਰ ਆਏਗੀ। ਸੋ ਜੇਕਰ ਇਹ ਜ਼ਰੂਰ ਕਾਰਵਾਈ ਹੋਏਗੀ, ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਜਿਸ ਕਿਸਮ ਦੇ ਨਾਲ ਉਹਨਾਂ ਨੇ ਟਵੀਟ ਕੀਤਾ ਹੈ ਭਗਵੰਤ ਮਾਨ ਨੇ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ, ਸਾਰੀਆਂ ਰਿਪੋਰਟਾਂ ਨੂੰ ਨਸ਼ਰ ਕਰਾਂਗਾ ਔਰ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗਾ ਔਰ ਸਖ਼ਤ ਸਜ਼ਾਵਾਂ ਜਿਹੜੀਆਂ ਨੇ ਦਿੱਤੀਆਂ ਜਾਣਗੀਆਂ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਕੋਹੜ ਹੈ ਨਸ਼ਿਆਂ ਦਾ ਉਹ ਜ਼ਰੂਰ ਖਤਮ ਹੋਏਗਾ ਔਰ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਨਿਕਲ ਕੇ ਖੇਡਾਂ ਵੱਲ ਆਏਗੀ, ਪੜ੍ਹਾਈ ਵੱਲ ਆਏਗੀ, ਤੰਦਰੁਸਤੀ ਵੱਲ ਜਾਏਗੀ ਔਰ ਚੰਗੇ ਕੰਮ ਜਿਹੜੇ ਨੇ ਉਹ ਕਰੇਗੀ। ਔਰ ਨੌਜਵਾਨੀ ਜੇ ਚੰਗੇ ਰਸਤੇ ਪਏਗੀ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪੰਜਾਬ ਵੀ ਚੰਗੇ ਰਸਤੇ ਪਏਗਾ, ਇੱਕ ਰੰਗਲਾ ਖੁਸ਼ਹਾਲ ਪੰਜਾਬ ਜਿਹੜਾ ਹੈਗਾ ਉਹ ਬਣਨ ਦੀਆਂ ਸੰਭਾਵਨਾਵਾਂ ਇੱਥੋਂ ਹੀ ਨਜ਼ਰ ਆਉਣਗੀਆਂ। ਜੇਕਰ ਨਸ਼ਿਆਂ ਦੇ ਠੱਲ ਪੈ ਜਾਂਦੀ ਹੈ, ਨਸ਼ੇ ਖਤਮ ਹੋ ਜਾਂਦੇ ਨੇ ਪੰਜਾਬ ਦੇ ਵਿੱਚੋਂ, ਤਾਂ ਲਾਜ਼ਮੀ ਤੌਰ ਤੇ ਪੰਜਾਬ ਜਿਹੜਾ ਹੈਗਾ ਉਹ ਜਿਹੜਾ ਪੁਰਾਣਾ ਪੰਜਾਬ ਰੰਗਲਾ ਪੰਜਾਬ ਹੁੰਦਾ ਸੀ, ਕਿਸੇ ਵੇਲੇ ਸਾਡੇ 6-6 ਫੁੱਟ ਸਾਢੇ 6-6 ਫੁੱਟ ਦੇ ਗੱਭਰੂ ਔਰ ਪੂਰੇ, ਚਾਹੇ ਭੰਗੜਾ ਹੋਵੇ, ਚਾਹੇ ਸਪੋਰਟਸ ਹੋਣ, ਚਾਹੇ ਕੋਈ ਹੋਰ ਚੀਜ਼ਾਂ ਹੋਣ, ਅਸੀਂ ਇੱਕ ਨੰਬਰ ਦਾ ਸੂਬਾ ਸਾਡਾ ਹੁੰਦਾ ਸੀਗਾ, ਉਹ ਸੂਬਾ ਦੁਬਾਰਾ ਫੇਰ ਵਾਪਸ ਆ ਸਕਦਾ ਭੰਗੂ ਸਾਹਿਬ ਜੀ। ਬਿਲਕੁਲ ਡਾਕਟਰ ਸਾਹਿਬ, ਕਣਕ ਦਾ ਖਰਾਬੇ ਨੂੰ ਲੈ ਕੇ ਪੰਜਾਬ ਸਰਕਾਰ ਸੁਹਿਰਦ ਤਾਂ ਜਾਪਦੀ ਹੈ, ਪਰ ਗਰਾਊਂਡ ਲੈਵਲ ਦੇ ਉੱਤੇ ਤਾਂ ਕਿਤੇ ਨਾ ਕਿਤੇ ਉਹ ਉੱਥੇ ਵੀ ਵੱਡੀ ਖਾਮੀਆਂ ਤਾਂ ਹੈਗੀਆਂ ਨੇ। ਪਰ ਇਸ ਵਾਰ, ਪਿਛਲੀ ਵਾਰ ਤਾਂ ਦੇਖੋ ਝੋਨੇ ਦੀ ਜਿਹੜੀ ਫਸਲ ਸੀ ਉਹਦਾ ਨੁਕਸਾਨ ਹੋ ਗਿਆ ਸੀ, ਗਰਦਾਵਰੀਆਂ ਕੀਤੀਆਂ ਸੀ, ਪਰ ਜਿਹੜਾ ਮੁਆਵਜ਼ਾ ਸੀ ਮਿਲਿਆ ਨਹੀਂ ਸੀ ਕਿਸਾਨਾਂ ਨੂੰ। ਇਸ ਵਾਰ ਕਣਕ ਦਾ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋ ਗਿਆ,
ਤੇ ਹੁਣ ਇਸ ਵਾਰ ਵੀ ਗਿਰਦਾਵਰੀਆਂ ਕੀਤੀਆਂ ਜਾ ਰਹੀਆਂ ਨੇ, ਕੀ ਕੁਛ ਰੱਖਿਆ ਹੋਇਆ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਲਈ? ਕਿਉਂਕਿ ਜੇਕਰ ਥੋੜ੍ਹਾ ਜਿਹਾ ਆਪਾਂ ਗੌਰ ਨਾਲ ਤੱਕੀਏ ਇਸ ਗੱਲ ਨੂੰ, ਕਿਉਂਕਿ ਵੱਡੀ ਖਬਰ ਤਾਂ ਆਹੀ ਬਣਦੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਹੁਣ ਅਨਾਜ ਨੂੰ ਲੈ ਕੇ ਸਥਿਤੀ ਬਣੀ ਹੋਈ ਹੈ। ਭੱਗੂ ਸਾਹਿਬ, ਜਿਹੜੀ ਖੇਤੀਬਾੜੀ ਹੈ, ਅੱਜ ਵੀ ਆਪਾਂ ਚਾਹੇ 21ਵੀਂ ਸਦੀ 'ਚ ਜੀ ਰਹੇ ਹਾਂ, ਅੱਜ ਵੀ ਕੁਦਰਤ ਦੇ ਉੱਤੇ ਮੁਨਸਰ ਕਰਦੀ ਹੈ। ਮੇਰਾ ਮਤਲਬ ਹੈ ਕਿ ਨੇਚਰ ਜਿਹੜੀ ਹੈਗੀ, ਕੁਦਰਤ ਜਿਹੜੀ ਹੈਗੀ ਆ, ਉਹ ਮਹਾਨ ਹੈ ਔਰ ਉਹਦੇ ਸਾਹਮਣੇ ਕਿਸਾਨ ਦਾ ਜਾਂ ਸਾਡੇ ਵਰਗੇ ਆਮ ਲੋਕਾਂ ਦਾ ਕੋਈ ਵੱਸ ਨਹੀਂ ਚੱਲਦਾ। ਇਸ ਕਰਕੇ ਇਕੱਲਾ ਮੈਂ ਨਹੀਂ ਕਹਿੰਦਾ ਕਿ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਵਰਖਾ ਹੋਈ ਹੈ ਔਰ ਬੇਮੌਸਮੀ ਵਰਖਾ ਹੋਈ ਹੈ। ਇਹਦੇ ਵਿੱਚ ਯੂਪੀ ਵੀ ਸ਼ਾਮਿਲ ਹੈ, ਇਹਦੇ ਵਿੱਚ ਹਰਿਆਣਾ ਵੀ ਸ਼ਾਮਿਲ ਹੈ, ਇਹਦੇ ਵਿੱਚ ਉੱਤਰੀ ਭਾਰਤ ਦੇ ਹੋਰ ਵੀ ਜਿਹੜੇ ਸਟੇਟ ਨੇ, ਹੋਰ ਵੀ ਜਿਹੜੀਆਂ ਪ੍ਰਾਂਤਾਂ ਨੇ, ਉਹ ਵੀ ਸ਼ਾਮਿਲ ਨੇ ਜਿੱਥੇ ਫਸਲਾਂ ਦਾ ਵੱਡੀ ਪੱਧਰ ਦੇ ਉੱਤੇ ਨੁਕਸਾਨ ਹੋਇਆ। ਸੋ ਉਹਦੇ ਸਾਹਮਣੇ ਤਾਂ ਦੇਖੋ ਆਪਾਂ ਕੁਛ ਨਹੀਂ ਕਰ ਸਕਦੇ, ਨਾ ਸਰਕਾਰਾਂ ਕੁਛ ਕਰ ਸਕਦੀਆਂ ਨੇ, ਨਾ ਬੰਦੇ ਕੁਛ ਕਰ ਸਕਦੇ ਨੇ, ਕਿਉਂਕਿ ਕੁਦਰਤ ਦਾ ਕਹਿਰ ਹੀ ਐਸਾ ਹੁੰਦਾ ਹੈ। ਕਿਉਂਕਿ ਕੁਦਰਤ ਦੇ ਸਾਹਮਣੇ ਸਾਰੇ ਅਸੀਂ ਜਿਹੜੇ ਹੈਗੇ ਆ, ਅਸੀਂ ਮਤਲਬ ਸਾਡੇ ਕੋਲ ਕੋਈ ਤਾਕਤ ਨਹੀਂ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪਰ ਜੇਕਰ ਸਾਡੀ ਸਰਕਾਰ ਚਾਹੇ ਤਾਂ ਕਿਸਾਨਾਂ ਨੂੰ ਇਸ ਮਸਲੇ ਚੋਂ, ਇਸ ਸਮੱਸਿਆ ਚੋਂ, ਇਸ ਸੰਕਟ ਚੋਂ ਕੱਢ ਵੀ ਸਕਦੀ ਹੈ। ਸੋ ਇਸ ਕਰਕੇ ਉਮੀਦ ਹੈ, ਜਿਵੇਂ ਤੁਸੀਂ ਦੱਸਿਆ ਹੈ ਕਿ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਤੇ ਅਨਾਊਂਸਮੈਂਟ ਕੀਤੀ ਹੈ ਔਰ ਇਕੱਲੇ ਇਕੱਲੇ MLA ਦੀ ਹੋ ਚਾਹੇ ਚਾਹੇ ਮਨਿਸਟਰ ਸਾਹਿਬਾਨ ਦੀ, ਉਹਨਾਂ ਨੇ ਡਿਊਟੀ ਵੀ ਲਾਈ ਹੈ ਕਿ ਭਾਈ ਆਪਣੇ ਆਪਣੇ ਇਲਾਕਿਆਂ 'ਚ ਜਾਓ, ਕਿਸਾਨਾਂ ਨੂੰ ਮਿਲੋ ਔਰ ਕਿਸਾਨਾਂ ਦੀਆਂ ਫਸਲਾਂ ਨੂੰ ਦੇਖੋ, ਜਿੰਨਾ ਉਹਨਾਂ ਨੂੰ ਨੁਕਸਾਨ ਹੋਇਆ ਉਹਦੀ ਭਰਪਾਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰੋ ਔਰ ਗਰਦੌਰੀਆਂ ਵੀ ਉਹ ਕਰਵਾ ਰਹੇ ਨੇ ਲਗਾਤਾਰ। ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਉਹ ਕਹਿ ਰਹੇ ਨੇ ਕਿ 15 ਤਰੀਕ ਤੱਕ ਆਉਣ ਵਾਲੀ, ਔਰ ਉਹਨਾਂ ਨੇ ਕਿਹਾ ਕਿ ਅਸੀਂ ਜਿੰਨੇ ਵੀ ਚੈੱਕ ਬਣਦੇ ਹੋਣਗੇ, ਜੋ ਨੁਕਸਾਨ ਹੋਇਆ ਕਿਸਾਨਾਂ ਦਾ, ਚਾਹੇ ਮਜ਼ਦੂਰਾਂ ਦੇ ਇੱਥੋਂ ਤੱਕ ਮਜ਼ਦੂਰਾਂ ਦਾ ਵੀ ਕਿਹਾ, ਇਕੱਲਾ ਇਹ ਨਹੀਂ ਕਿ ਕਿਸਾਨਾਂ ਦਾ, ਕਿਉਂਕਿ ਜਿਹੜਾ ਮਜ਼ਦੂਰ ਹੈ ਜਦੋਂ ਉਹਦੀ ਮਜ਼ਦੂਰੀ ਖਤਮ ਹੋ ਗਈ, ਜੇ ਉਹਨਾਂ ਨੇ ਕਣਕ ਵੱਢਣੀ ਸੀਗੀ ਔਰ ਦਾਣੇ ਇਕੱਠੇ ਕਰਨੇ ਸੀ, ਤੂੜੀ ਇਕੱਠੀ ਕਰਨੀ ਸੀ ਆਪਣੀਆਂ ਮੱਝਾਂ ਦੇ ਲਈ, ਆਪਣੇ ਪਸ਼ੂਆਂ ਦੇ ਲਈ, ਆਪਣੇ ਖਾਣ ਦੇ ਲਈ ਦਾਣੇ ਕਰਨੇ ਸੀਗੇ, ਉਹ ਵੀ ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਨੁਕਸਾਨ ਬਹੁਤ ਵੱਡਾ ਹੋਇਆ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ 15 ਤਰੀਕ ਤੱਕ ਗੁਰਦੌਰੀ ਕਰਵਾ ਕੇ ਬਕਾਇਦਾ ਤੌਰ ਤੇ ਜੋ ਲੋਕਾਂ ਦੇ ਸਾਹਮਣੇ, ਇਹ ਵੀ ਨਹੀਂ ਕਿਹਾ ਉਹਨਾਂ ਨੇ ਕਿ ਇਹ ਇਹਨੂੰ ਏਦਾਂ ਹੀ, ਜਿਵੇਂ ਪਹਿਲਾਂ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਨੇ ਕਿ 100-100, 50-50 ਰੁਪਏ ਦੇ ਚੈੱਕ ਦੇ ਕੇ ਕਿਸਾਨਾਂ ਨਾਲ ਮਜ਼ਾਕ ਕਰਦੀਆਂ ਰਹੀਆਂ ਨੇ ਪਿਛਲੀਆਂ ਸਰਕਾਰਾਂ, ਉਹ ਕੰਮ ਨਹੀਂ ਹੋਣਾ ਚਾਹੀਦਾ। ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਜਿਹੜੀ ਗੁਰਦੌਰੀ ਹੋਣੀ ਚਾਹੀਦੀ ਹੈ ਔਰ ਉਹ ਗੁਰਦੌਰੀ ਦੇ ਵਿੱਚ ਪਟਵਾਰੀ ਹੋਣ, ਚਾਹੇ ਕਾਨੂੰਗੋ ਹੋਣ, ਚਾਹੇ ਤਹਿਸੀਲਦਾਰ ਹੋਣ, ਜਿੰਨੇ ਵੀ ਆਫਿਸਰ ਸਾਹਿਬਾਨ ਨੇ, ਉਹਨਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਸਾਰੀ ਚੀਜ਼ ਗਿਣੀ ਮਿੱਥੀ ਜਾਏ ਔਰ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਪੈਸਾ 15,000 ਮੈਕਸੀਮਮ ਅਸੀਂ ਏਕੜ ਦੇ ਪਿੱਛੇ ਮੁਆਵਜ਼ਾ ਦੇਣਾ ਹੀ ਦੇਣਾ ਔਰ ਇਹ ਦੇਖ ਕੇ ਕਿ ਜਿੰਨਾ ਮਤਲਬ ਵੱਧ ਤੋਂ ਵੱਧ ਜਿਹੜਾ ਹੈਗਾ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਔਰ ਸਹੀ ਮੁਆਵਜ਼ਾ ਮਿਲੇ, ਜਿੰਨਾ ਲੋਕਾਂ ਦੇ ਘਰ ਢਹੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੇ ਹੈਗੇ ਘਰ ਢਹਿਣ ਦੀ ਜਿਹੜੀ ਹੈਗੀ ਹੈ ਉਹਦਾ ਵੀ ਮੁਆਵਜ਼ਾ ਜਿਹੜਾ ਹੈਗਾ ਮਿਲਣਾ ਚਾਹੀਦਾ, ਜਾਂ ਹੋਰ ਵੀ ਕੋਈ ਨੁਕਸਾਨ ਪਸ਼ੂਆਂ ਦਾ ਹੋਇਆ ਜਾਂ ਹੋਰ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ, ਉਹ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਔਰ ਉਮੀਦ ਹੈ ਕਿ ਆਪਾਂ ਆਉਣ ਵਾਲੇ 15 ਤਰੀਕ ਤੱਕ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੇ ਬੈਂਕਾਂ ਦੇ ਵਿੱਚ ਪੈਸਾ ਜਿਹੜਾ, ਚੈੱਕ ਜਿਹੜੇ ਨੇ ਉਹ ਜੈਨੂਨ ਚੈੱਕ ਜਿਹੜੇ ਨੇ ਉਹ ਚਲੇ ਜਾਣਗੇ। ਸੋ ਸਾਨੂੰ ਉਮੀਦ ਭਗਵੰਤ ਮਾਨ ਸਰਕਾਰ ਤੋਂ ਕਰਨੀ ਚਾਹੀਦੀ ਹੈ। ਭਗਵੰਤ ਸਾਹਿਬ ਜੀ, ਡਾਕਟਰ ਸਾਹਿਬ, ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਵੀ ਬੜਾ ਗਰਮਾਇਆ ਰਿਹਾ, ਧਰਨਾ ਹੁਣ ਤੱਕ ਲੱਗਿਆ ਹੋਇਆ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਉੱਤੇ, ਕਿਉਂਕਿ ਕਿਹਾ ਜਾ ਰਿਹਾ ਸੀ ਕਿ ਸਰਕਾਰ ਵੱਲੋਂ ਜਿਹੜਾ ਬਜਟ ਰੱਖਿਆ ਗਿਆ ਸੀ, ਬਜਟ ਤੋਂ ਜਿੰਨੀ ਡਿਮਾਂਡ ਕੀਤੀ ਗਈ ਸੀ 360 ਕਰੋੜ ਰੁਪਇਆ ਦਿੱਤਾ ਜਾਵੇ, ਉਦੋਂ ਜੋ 364 ਕਰੋੜ ਹੀ ਦਿੱਤਾ, 36 ਕਰੋੜ ਦਾ ਵੀ ਕੱਟ ਲਾਤਾ ਉਹਦੇ 'ਚੋਂ। ਕਹਿੰਦੇ ਸੀ ਕਿ ਡਿਮਾਂਡ 360 ਕਰੋੜ ਦੀ ਸੀ, ਪਿਛਲੀਆਂ ਸਰਕਾਰਾਂ ਵੱਲੋਂ 200 ਕਰੋੜ ਦੀ ਗ੍ਰਾਂਟ ਸੀ, ਜੋ 200 ਕਰੋੜ ਘਟਾਇਆ ਹੋਇਆ ਸੀ ਉਸ ਘਟਾਏ ਹੋਏ ਦੇ ਵਿੱਚੋਂ ਵੀ ਘਟਾ ਕੇ ਪੈਸੇ ਦਿੱਤੇ। ਉਸ ਤੋਂ ਬਾਅਦ VC ਸਾਹਿਬ ਦੀ ਸਾਡੇ ਵਿੱਤ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਹੁੰਦੀ ਹੈ, ਭਰੋਸਾ ਦਿੱਤਾ ਜਾਂਦਾ। ਹੁਣ ਕਿਹਾ ਜਾ ਰਿਹਾ ਕਿ 30 ਕਰੋੜ ਰੁਪਏ ਮੰਥਲੀ ਜਿਹੜਾ ਹੈਗਾ ਜਾਰੀ ਕਰ ਦਿੱਤਾ ਗਿਆ ਉਹ। ਬਿਲਕੁਲ, ਦੇਖੋ ਪਹਿਲੀ ਗੱਲ ਤਾਂ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਕਾਂਗਰਸ ਤੱਕ ਸਰਕਾਰਾਂ ਰਹੀਆਂ ਨੇ, ਕੈਪਟਨ ਸਾਹਿਬ ਤੱਕ ਜਾਂ ਚੰਨੀ ਸਾਹਿਬ ਤੱਕ, ਉਹ 114 ਕਰੋੜ ਹੀ ਦਿੰਦੀਆਂ ਰਹੀਆਂ ਨੇ। ਪਰ ਪਹਿਲੀ ਪਿਛਲੇ ਵਾਰੀ ਜਦੋਂ ਚੀਮਾ ਸਾਹਿਬ ਨੇ ਬਜਟ ਪੇਸ਼ ਕੀਤਾ ਸੀਗਾ ਤਾਂ 114 ਤੋਂ ਉਹਨਾਂ ਨੇ ਸਿੱਧਾ 200 ਕਰੋੜ ਕਰਤਾ ਸੀਗਾ। ਇਹਦਾ ਮਤਲਬ ਹੈ ਕਿ ਡਾਕਟਰ ਸਾਹਿਬ ਜੀ ਇੱਕ
ਡਾਕਟਰ ਸਾਹਿਬ ਜਦੋਂ ਸੀਐਮ ਚੰਨੀ ਸੀ ਉਹਨਾਂ ਨੇ 214 ਕਰੋੜ ਨਹੀਂ ਰੱਖਿਆ ਸੀ, 214 ਕਰੋੜ ਉਹਨਾਂ ਨੇ ਅਨਾਉਂਸਮੈਂਟ ਬਹੁਤ ਕਰਤੀ ਸੀ ਕਿ ਅਸੀਂ ਜੀ 114 ਦੇਵਾਂਗੇ ਜਾਂ 200 ਦੇ ਦਾਂਗੇ, ਉਹ ਅਨਾਉਂਸਮੈਂਟ ਕਰਕੇ ਗਏ ਸੀ ਜਾਂ ਤੁਹਾਡਾ ਕਰਜ਼ਾ ਮਾਫ ਕਰ ਦਾਂਗੇ, ਤਾੜੀਆਂ ਉਹਨਾਂ ਨੇ ਬਹੁਤ ਵਟੋਰੀਆਂ ਸੀਗੀਆਂ। ਪਰ ਉਸ ਤੋਂ ਬਾਅਦ ਜਦੋਂ ਪਹਿਲਾ ਬਜਟ ਚੀਮਾ ਸਾਹਿਬ ਨੇ ਪੇਸ਼ ਕੀਤਾ ਸੀਗਾ, ਲਗਭਗ ਜਦੋਂ ਸਰਕਾਰ ਬਣੀ ਹੈ ਪਿਛਲੇ ਸਾਲ, ਤਾਂ ਕੁਛ ਮਹੀਨਿਆਂ ਬਾਅਦ ਹੀ ਬਜਟ ਪੇਸ਼ ਕੀਤਾ ਸੀਗਾ, ਤਾਂ ਉਹਦੇ ਵਿੱਚ 114 ਤੋਂ ਸਿੱਧਾ 200 ਕਰੋੜ ਕੀਤਾ ਸੀਗਾ, ਉਹਨੂੰ ਯੂਨੀਵਰਸਿਟੀ ਨੂੰ ਦਿੱਤਾ ਸੀਗਾ। ਸੋ ਉਸ ਕਰਕੇ ਇਹ ਇਹਦਾ ਉਹਦਾ ਮਤਲਬ ਸੀਗਾ ਕਿ 114 ਦਾ ਮਤਲਬ ਸੀਗਾ ਕਿ 150 ਤਾਂ ਤੁਹਾਨੂੰ ਤਨਖਾਹਾਂ ਦਾ ਦੇ ਰਹੇ ਨੇ, ਯਾਨੀ ਕਿ 50 ਕਰੋੜ ਜਿਹੜਾ ਸੀਗਾ ਉਹ ਬਾਕੀ ਉੱਪਰਲੇ ਖਰਚਿਆਂ ਵਾਸਤੇ ਦਿੱਤਾ ਗਿਆ ਸੀਗਾ। ਪਰ ਹੁਣ ਜਿਹੜਾ ਨਵੇਂ ਸਾਡੇ ਜਿਹੜੇ ਗੱਲ ਹੋਈ ਸੀ ਕਿ ਵੀਸੀ ਸਾਹਿਬ ਦੇ ਨਾਲ ਕਿ ਇਸ ਬਜਟ ਨੂੰ ਵਧਾ ਕੇ ਜਿਹੜਾ ਹੈਗਾ ਲਗਭਗ 30 ਕਰੋੜ ਰੁਪਈਆ ਇੱਕ ਮਹੀਨੇ ਦਾ ਕੀਤਾ ਜਾਏ, ਯਾਨੀ ਕਿ 360 ਕਰੋੜ ਰੁਪਈਆ ਜਿਹੜਾ ਸੀ ਉਹਨਾਂ ਨੇ ਸਾਲਾਨਾ ਮੰਗਿਆ ਸੀਗਾ। ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੀਮਾ ਸਾਹਿਬ ਨੇ 30 ਕਰੋੜ ਦੀ ਪਹਿਲੀ ਕਿਸ਼ਤ ਜਿਹੜੀ ਹੈਗੀ ਹੈ ਦੇਣ ਦਾ ਵਾਅਦਾ ਕੀਤਾ ਹੈ। ਔਰ ਉਮੀਦ ਕਰਦੇ ਹਾਂ ਚੀਮਾ ਸਾਹਿਬ, ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਚਾਹੇ ਮਾਨ ਸਾਹਿਬ ਹੋਣ ਸਾਡੇ ਮੁੱਖ ਮੰਤਰੀ ਸਾਹਿਬ, ਚਾਹੇ ਚੀਮਾ ਸਾਹਿਬ ਸਾਡੇ ਵਿੱਤ ਮੰਤਰੀ ਜੀ ਹੋਣ, ਦੋਵੇਂ ਪੰਜਾਬੀ ਯੂਨੀਵਰਸਿਟੀ ਦੇ ਪੜ੍ਹੇ ਹੋਏ ਵਿਦਿਆਰਥੀ ਨੇ, ਸਾਡੇ ਰਹੇ ਨੇ ਇੱਥੇ ਵਿਦਿਆਰਥੀ, ਇੱਥੋਂ ਪੜ੍ਹ ਕੇ ਗਏ ਨੇ, ਇੱਥੋਂ ਬਹੁਤ ਕੁਛ ਉਹਨਾਂ ਨੇ ਲਿਆ। ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜਿੰਨੀ ਵੀ ਡਿਮਾਂਡ ਹੋਏਗੀ ਵੀਸੀ ਸਾਹਿਬ ਦੀ, ਉਹ ਡਿਮਾਂਡ ਪੂਰੀ ਹੋਏਗੀ। ਔਰ ਇਹ ਯੂਨੀਵਰਸਿਟੀ ਕਿਉਂਕਿ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੁੜੀ ਹੋਈ ਹੈ ਔਰ ਪੰਜਾਬ ਦਾ ਦਿਲ ਹੈ ਇਹ ਯੂਨੀਵਰਸਿਟੀ, ਸੋ ਇਸ ਕਰਕੇ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਰਕਾਰ ਜਿਹੜੀ ਹੈਗੀ ਅੱਗੇ ਆਏਗੀ। ਔਰ ਲਾਜ਼ਮੀ ਤੌਰ ਤੇ ਜਿਵੇਂ ਤੁਸੀਂ ਦੱਸਿਆ ਹੈ ਕਿ 30 ਕਰੋੜ ਦੀ ਪਹਿਲੀ ਕਿਸ਼ਤ ਜਿਹੜੀ ਹੈਗੀ ਹੈ ਜਾਂ ਜਿਹੜੀ ਤਿਮਾਹੀ ਦੀ 90 ਕਰੋੜ ਦੀ ਕਿਸ਼ਤ ਜਿਹੜੀ ਹੈਗੀ ਹੈ ਉਹ ਸਰਕਾਰ ਦੀ ਲੈਟਰ ਆ ਚੁੱਕੀ ਹੈ। ਸੋ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਸਰਕਾਰ ਜਿਹੜੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣੀ ਗ੍ਰਾਂਟ ਜਾਰੀ ਕਰਦੀ ਰਹੇਗੀ। ਔਰ ਹੁਣ ਵੀਸੀ ਸਾਹਿਬ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਸਾਡੇ ਬੱਚੇ ਇੱਥੇ ਪੜ੍ਹਦੇ ਆ ਜਾਂ ਜੋ ਪ੍ਰੋਬਲਮ ਨੇ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਬੱਚਿਆਂ ਦੀਆਂ ਜਿਹੜੀਆਂ ਸਹੂਲਤਾਂ ਨੂੰ ਲੈ ਕੇ, ਉਹ ਸਹੂਲਤਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਔਰ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਸਹੀ ਹੋਣੀ ਚਾਹੀਦੀ ਹੈ। ਇਹ ਸਾਰੇ ਲੋਕ ਪੰਜਾਬ ਦੇ ਲੋਕ ਇਹ ਤਵੱਕੋ ਕਰਦੇ ਆ ਵੀਸੀ ਸਾਹਿਬ ਤੋਂ ਕਿ ਜਿਸ ਮਕਸਦ ਲਈ ਪੰਜਾਬ ਪੰਜਾਬੀ ਪੰਜਾਬੀਅਤ ਲਈ ਬਣੀ ਸੀ ਇਹ ਯੂਨੀਵਰਸਿਟੀ, ਉਹਦਾ ਮੈਂਡੇਟ ਹੈ, ਉਹ ਮੈਂਡੇਟ ਜਿਹੜਾ ਹੈਗਾ ਜ਼ਰੂਰ ਪੂਰਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਭੰਗੂ ਸਾਹਿਬ, ਜੇਕਰ ਡਾਕਟਰ ਸਾਹਿਬ ਕਹਿੰਦੇ ਨੇ ਕਿ ਸਹੀ ਸਮੇਂ ਦੇ ਉੱਤੇ ਗ੍ਰਾਂਟਾਂ ਜਾਰੀ ਨਾ ਕੀਤੀ ਗਈਆਂ ਤਾਂ ਯੂਨੀਵਰਸਿਟੀ ਬੰਦ ਹੋਣ ਦੇ ਕਗਾਰ ਤੇ ਵੀ ਆ ਸਕਦੀ ਹੈ। ਇਹ ਤਾਂ ਦੇਖੋ ਹੁੰਦਾ ਹੀ ਹੈ, ਕੋਈ ਵੀ ਆਪਾਂ ਸੰਸਥਾ ਹੈ ਜਦੋਂ ਉਹਨੂੰ ਅਸੀਂ ਆਰਥਿਕ ਤੌਰ ਤੇ ਉਹਨੂੰ ਕਮਜ਼ੋਰ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਉਹ ਬੰਦ ਹੋਣ ਦੀਆਂ, ਇਕੱਲੀ ਯੂਨੀਵਰਸਿਟੀ ਨਹੀਂ ਕੋਈ ਵੀ ਸੰਸਥਾ ਹੈ ਤਾਂ ਉਹ ਬੰਦ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਇਸ ਕਰਕੇ ਸਰਕਾਰ ਜਿਹੜੀ ਹੈਗੀ ਇਹ ਗੱਲ ਸਮਝ ਰਹੀ ਹੈ ਔਰ 30 ਕਰੋੜ ਰੁਪਈਆ ਮਹੀਨੇ ਦਾ ਵੀਸੀ ਸਾਹਿਬ ਨੂੰ ਜੋ ਅੱਜ ਲੈਟਰ ਮਿਲੀ ਹੈ ਉਹ ਜਾਰੀ ਕੀਤਾ ਗਿਆ ਹੈ। ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏਗੀ ਔਰ ਵਾਈਸ ਚਾਂਸਲਰ ਸਾਹਿਬ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਵੀ ਨਿਭਾਉਣਗੇ। ਇਸ ਕਰਕੇ ਆਪਾਂ ਉਮੀਦ ਕਰਦੇ ਹਾਂ ਕਿ ਇਹ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਧੜਕਣ ਹੈ ਇਹਦੀ ਧੜਕਣ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਬਰਕਰਾਰ ਰਹੇਗੀ। ਭੰਗੂ ਸਾਹਿਬ ਜੀ ਬਿਲਕੁਲ, ਖਾਸ ਕਰਕੇ ਡਾਕਟਰ ਸਾਹਿਬ ਪੰਜਾਬ ਦੇ ਹਾਲਾਤਾਂ ਦੇ ਕਿਸ ਤਰੀਕੇ ਦੇ ਨਾਲ ਹੁਣ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਪੂਰਾ ਮਾਮਲਾ ਬਣਿਆ ਹੋਇਆ। ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ, ਜਿਵੇਂ ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਰਹੇ ਹਾਂ, ਲਗਾਤਾਰ ਆਪਣੀ ਗੱਲ ਹੁੰਦੀ ਰਹਿੰਦੀ ਹੈ ਕਿ ਕਿਉਂਕਿ ਜਦੋਂ ਇਲੈਕਸ਼ਨਾਂ ਦਾ ਸਮਾਂ ਆਉਂਦਾ ਹੈ, ਖਾਸ ਤੌਰ ਤੇ ਚਾਹੇ ਜ਼ਿਮਨੀ ਚੋਣ ਹੋਵੇ ਚਾਹੇ 24 ਦੀਆਂ ਇਲੈਕਸ਼ਨਾਂ ਹੋਣ, ਇਸ ਵੇਲੇ ਬੀਜੇਪੀ ਚਾਹੇ ਤੁਸੀਂ ਦੇਖੋਗੇ ਕਿ ਬਿਹਾਰ ਦੀ ਗੱਲ ਹੋਵੇ ਚਾਹੇ ਬੰਗਾਲ ਦੀ ਗੱਲ ਹੋਵੇ, ਉਹਦਾ ਮਕਸਦ ਹੈ ਕਿ ਲੋਕਾਂ ਨੂੰ ਲੜਾ ਕੇ ਰੱਖੋ, ਲੋਕਾਂ ਨੂੰ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਲੜਾ ਦਿਓ, ਮੁਸਲਮਾਨਾਂ ਨੂੰ ਕਿਸੇ ਹੋਰ ਨਾਲ ਲੜਾ ਦਿਓ, ਯਾਨੀ ਕਿ ਉਹਨਾਂ ਦਾ ਮਕਸਦ ਹੈ ਕਿ ਪੋਲਰਾਈਜੇਸ਼ਨ ਕਰੋ ਵੋਟਾਂ ਦੀ, ਤਾਂ ਕਿ ਸਾਨੂੰ ਜਿਹੜੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹਿੰਦੂ ਵੋਟ ਸਾਡੀ ਖਿਸਕਣੀ ਨਹੀਂ ਚਾਹੀਦੀ, ਹਿੰਦੂ ਵੋਟ ਤਾਂ ਹੀ ਨਹੀਂ ਖਿਸਕੇਗੀ ਜੇਕਰ ਉਹ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਹੋਣ ਚਾਹੇ ਸਿੱਖ ਹੋਣ, ਉਹਨਾਂ ਨੂੰ ਉਹ ਆਪਸ ਦੇ ਵਿੱਚ ਲੜਾ ਕੇ ਔਰ ਵੋਟਾਂ ਨੂੰ ਜਿਹੜਾ ਹੈਗਾ ਪ੍ਰਾਪਤ ਕਰਨਾ ਚਾਹੁੰਦੀ ਹੈ। ਸੋ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਜਿਵੇਂ ਪਹਿਲਾਂ ਸਰਕਾਰਾਂ ਲੜਾਉਂਦੀਆਂ ਰਹੀਆਂ ਨੇ ਸਾਨੂੰ ਆਪਸ ਦੇ ਵਿੱਚ ਔਰ ਆਪਣੀਆਂ ਵੋਟਾਂ ਲੈਂਦੀਆਂ ਰਹੀਆਂ ਨੇ, ਸੱਤਾ ਹਾਸਲ ਕਰਦੀਆਂ ਰਹੀਆਂ ਨੇ, ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਝਾਂਸਿਆਂ 'ਚ ਨਹੀਂ ਆਉਣਗੇ। ਪੰਜਾਬ ਦੇ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਨੇ, ਪਹਿਲਾਂ ਪੰਜਾਬ ਦੇ ਆਪਾਂ ਸਾਰੇ ਜਾਣਦੇ ਨੇ ਆਪਾਂ ਨੇ ਬਹੁਤ ਕੁੱਟ ਖਾਧੀ ਹੈ ਇਹਨਾਂ ਸਰਕਾਰਾਂ ਦੇ ਕਰਕੇ, ਹੁਣ ਇਹਨਾਂ ਝਾਂਸਿਆਂ 'ਚ ਜਿਹੜੇ ਹੈਗਾ ਪੰਜਾਬ ਨਹੀਂ ਆਏਗਾ।
ਸੋ ਉਮੀਦ ਹੈ ਕਿ ਉਹ ਬੀਜੇਪੀ ਜੋ ਇਹ ਸਿਆਸਤਾਂ ਖੇਡ ਰਹੀ ਹੈ ਉਹ ਸਿਆਸਤਾਂ ਜਿਹੜੀਆਂ ਨੇ ਧਰੀਆਂ ਧਰਾਈਆਂ ਰਹਿ ਜਾਣਗੀਆਂ। ਪੰਜਾਬ ਅੱਗੇ ਵਧੇਗਾ, ਪੰਜਾਬ ਖੁਸ਼ਹਾਲ ਹੋਵੇਗਾ, ਪੰਜਾਬ ਤਰੱਕੀ ਕਰੇਗਾ, ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਅੱਗੇ ਆਉਣਗੇ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨ ਪੜ੍ਹਨਗੇ, ਲਿਖਣਗੇ ਔਰ ਨਵੀਂ ਟੈਕਨੋਲੋਜੀ ਨੂੰ ਅਪਣਾਉਣਗੇ, ਤਕਨੀਕ ਨੂੰ ਅਪਣਾਉਣਗੇ ਔਰ ਦੁਨੀਆਂ ਦੇ ਵਿੱਚ ਆਪਣਾ ਨਾਮ ਵੱਡਾ ਕਰਨਗੇ, ਨਾਮ ਰੌਸ਼ਨ ਕਰਨਗੇ। ਇਹੀ ਆਪਾਂ ਤਵੱਕੋ ਕਰ ਸਕਦੇ ਹਾਂ ਇਸ ਵੇਲੇ ਪੰਗੂ ਸਾਹਿਬ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀਆਂ ਗੱਲਾਂ ਬਾਤਾਂ ਅਤੇ ਵਿਚਾਰ ਰੱਖਣ ਦੇ ਲਈ, ਖਬਰਾਂ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਤਿਕਾਰਯੋਗ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਪੰਜਾਬ ਦੀਆਂ ਤਮਾਮ ਵੱਡੀਆਂ ਖਬਰਾਂ ਦੇ ਵਿਚਾਰ ਚਰਚਾ ਕੀਤੀ। ਤੁਸੀਂ ਹਰ ਵਾਰ ਦੀ ਤਰ੍ਹਾਂ ਜਿਹੜੀ ਤੁਹਾਡੀ ਫੀਡਬੈਕ ਹੁੰਦੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਭੇਜਿਆ ਕਰੋ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ ਦੇ ਉੱਤੇ। ਧੰਨਵਾਦ।